ਬੀਤੇ ਦਿਨ ਪੰਜਾਬ ਜੰਮੂ ਕਸ਼ਮੀਰ ਸਰਹੱਦ ਤੇ ਲਖਨਪੁਰ 'ਚ ਪੰਜਾਬ ਤੋਂ ਜੰਮੂ ਕਸ਼ਮੀਰ 'ਚ ਦਾਖਲ ਹੋ ਰਹੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਅਤੇ ਉਹਨਾਂ ਤੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਹੋਣ ਤੇ ਬੋਲਦਿਆਂ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਖਤਰੇ ਦੀ ਘੰਟੀ ਹੈ। ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਦੇਖਣਾ ਹੋਵੇਗਾ ਕਿ ਅੱਤਵਾਦੀ ਹਥਿਆਰ ਲੈ ਕੇ ਪੰਜਾਬ 'ਚੋਂ ਲੰਘ ਕਿਵੇਂ ਗਏ। ਵੱਡੀ ਗਿਣਤੀ ਦੇ ਵਿੱਚ ਸਭ ਤੋਂ ਖਤਰਨਾਕ ਹਥਿਆਰਾਂ ਦਾ ਫੜ ਜਾਣਾ, ਚਾਰ ਮੈਂ ਦੇਖ ਰਿਹਾ ਸੀ ਕਿ 1K-56 ਔਰ 2 AK-47 ਔਰ ਜੈਸ਼ੇ ਮੁਹੰਮਦ ਦੇ ਬੰਦੇ ਆ ਔਰ ਪੰਜਾਬ ਦੇ ਵਿੱਚੋਂ ਨਿਕਲ ਗਏ, JNK 'ਚ ਜਾ ਕੇ ਫੜ ਗਏ। ਮੈਂ ਸਮਝਦਾ ਕਿ ਕਈ ਤਰ੍ਹਾਂ ਦੇ ਕੁਐਸਚਨ ਜਿਹੜੇ ਆ ਇਸ ਸੀਜ਼ਨ ਨੇ ਖੜੇ ਕੀਤੇ ਆ। ਇੱਕ ਤਾਂ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ ਕਿ ਆਪ ਵਾਲੇ ਹਥਿਆਰ ਕਿੱਥੋਂ ਆਏ, ਕਿਵੇਂ ਲੰਘ ਕੇ ਗਏ, ਕਿੱਥੇ ਅਣਗਹਿਲੀ ਹੋਈ ਹੈ ਕਿ ਸਾਡੀ ਪੁਲਿਸ ਇਹਨਾਂ ਨੂੰ ਕਿਉਂ ਨਹੀਂ ਫੜ ਸਕੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਪੰਜਾਬ ਵਾਸਤੇ ਬੜੀ ਵੱਡੀ ਚੇਤਾਵਨੀ ਹੈ ਕਿ ਇਹੋ ਜਿਹੇ ਹਥਿਆਰ ਜਿਹੜੇ ਆ ਇਹ ਕਿਸੇ ਵੀ ਥਾਂ ਦੇ ਉੱਤੇ ਉਹਦੀ ਵਰਤੋਂ ਹੋ ਸਕਦੀ। ਸੋ ਲਾਅ ਐਂਡ ਆਰਡਰ ਪੁਆਇੰਟ ਆਫ ਵਿਊ ਤੋਂ, ਇੰਟਰਨਲ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਸੈਂਸੇਸ਼ਨਲ ਮੈਂ ਸਮਝਦਾ ਕਿ ਖਬਰ ਹੈ, ਬੜੀ ਚਿੰਤਾਜਨਕ ਖਬਰ ਹੈ। ਔਰ ਸਟੇਟ ਗਵਰਨਮੈਂਟ ਨੂੰ, ਪੰਜਾਬ ਪੁਲਿਸ ਨੂੰ ਦੇਖਣਾ ਚਾਹੀਦਾ ਕਿ ਕਿੱਥੇ ਅਣਗਹਿਲੀ ਹੋਈ, ਕਿਸ ਰਸਤੇ ਉਹ ਪਾਕਿਸਤਾਨ ਤੋਂ ਆਏ, ਕਿੱਥੋਂ ਕਿੱਥੋਂ ਪੰਜਾਬ 'ਚੋਂ ਗਏ, ਕਿੱਥੇ ਸਾਡਾ ਇੰਟੈਲੀਜੈਂਸ ਫੇਲ ਹੋਇਆ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਕਰਕੇ ਨਹੀਂ ਤਾਂ ਕੋਈ ਵੱਡਾ ਖਤਰਾ ਜਿਹੜਾ ਉਹਦਾ ਸਾਹਮਣੇ ਕਰਨਾ ਗੱਲ, ਕਿਉਂਕਿ ਸਾਰੀਆਂ ਚੀਜ਼ਾਂ ਤਾਂ ਕਦੀ ਵੀ ਫੜੀਆਂ ਨਹੀਂ ਜਾਂਦੀਆਂ। ਇਸ ਕਰਕੇ ਇੰਨੇ ਖਤਰਨਾਕ ਹਥਿਆਰਾਂ ਦੀ ਮੂਵਮੈਂਟ ਸਟੇਟ 'ਚੋਂ ਹੋ ਜਾਣੀ ਹਮੇਸ਼ਾ ਹੀ ਸਟੇਟ ਵਾਸਤੇ ਇੱਕ ਬੜਾ ਵੱਡਾ ਅਲਾਰਮ।